ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿਹਾ ਵਿਦੇਸ਼ ਵਿਦੇਸ਼ ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ ਦਾ ਤੁਹਾਡਾ ਅਸੀਂ ਇਸ ਸ਼ੋਅ ਦੇ ਵਿੱਚ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ ਜੀ। ਮੈਂ ਹਾਂ ਸਰਦਾਰ ਚਰਨਜੀਤ ਸਿੰਘ ਜੀ, ਤੁਸੀਂ ਵੇਖ ਰਹੇ ਹੋ ਸਿੱਖ ਚੈਨਲ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਨੂੰ ਪੰਥ ਦੇ ਵਿਦਵਾਨ ਜਿਹੜੇ ਨੇ ਗੁਣੀ ਗਿਆਨੀ ਲੋਕ, ਉਹਨਾਂ ਦੇ ਨਾਲ ਹਮੇਸ਼ਾ ਗੱਲਬਾਤ ਕਰਦੇ ਰਹੀਏ ਤਾਂ ਜੋ ਸਾਡੇ ਗਿਆਨ ਵਿੱਚ ਵਾਧਾ ਹੋਵੇ। ਕੱਲ ਖਿਆਲ ਰੱਖਿਓ, ਇਕੱਲਾ ਗਿਆਨ ਵੀ ਕੰਮ ਨਹੀਂ ਆਉਂਦਾ ਜਿੰਨਾ ਚਿਰ ਉਹਨੂੰ ਪ੍ਰੈਕਟੀਕਲ ਉੱਤੇ ਨਾ ਕੀਤਾ ਜਾਵੇ। ਥਿਊਰੀ ਵੀ ਅਸੀਂ ਲਿਖਦੇ ਹਾਂ, ਲੇਕਿਨ ਪ੍ਰੈਕਟੀਕਲ ਬੜਾ ਜ਼ਰੂਰੀ ਹੁੰਦਾ ਹੈ। ਮੈਨੂੰ ਤੇ ਅੱਜ ਦੇ ਸਮੇਂ ਦੇ ਵਿੱਚ ਇੱਦਾਂ ਲੱਗਦਾ ਕਿ ਜਿਵੇਂ ਪੜ ਪੜ ਗੱਡੀ ਲੱਦੀ ਹੈ, ਪੜ ਪੜ ਗੁੜੀਆ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਖਾਸ। ਤੇ ਪੂਰਾ ਸ਼ਬਦ ਜੇ ਤੁਸੀਂ ਪੜੋਗੇ ਤੇ ਤੁਹਾਨੂੰ ਇੱਕ ਨਕਸ਼ਾ ਜਿਹੜਾ ਹੈ ਅੱਜ ਜੋ ਕੁਝ ਹੋ ਰਿਹਾ ਉਹਦਾ ਸਾਹਮਣੇ ਆ ਜਾਏਗਾ। ਚਲੋ ਖੈਰ, ਵਿਦਵਾਨ ਸਾਡੇ ਨਾਲ ਭਾਈ ਸਾਹਿਬ ਭਾਈ ਜੁੜੇ ਹੋਏ ਨੇ, ਦੋ ਵਿਦਵਾਨ ਪੰਥ ਦੇ ਮਹਾਨ ਵਿਦਵਾਨ ਜੁੜੇ ਹੋਏ ਨੇ। ਅਸੀਂ ਇਹਨਾਂ ਗੱਲਾਂ ਬਾਤਾਂ ਕਰਾਂਗੇ ਅੱਜ, ਤੇ ਗੱਲਾਂ ਬਾਤਾਂ ਵੀ ਅਸੀਂ ਇਸ ਤਰ੍ਹਾਂ ਦੀਆਂ ਕਰਾਂਗੇ ਕਿ ਸਾਨੂੰ ਕੁੱਝ ਨਾ ਕੁੱਝ ਸਿੱਖਣ ਨੂੰ ਵੀ ਮਿਲ ਜਾਏ। ਅਸਲੀਅਤ ਦੇ ਨਾਲ ਹਮੇਸ਼ਾ ਅਸੀਂ ਜੁੜਦੇ ਰਹੀਏ। ਗੁਰਦੁਆਰੇ ਵੱਡੇ ਵੱਡੇ ਬਣਾਏ ਹੋਏ ਨੇ, ਔਰ ਅਸੀਂ ਮਾਫ਼ ਕਰਨਾ, ਕੀਰਤਨ, ਕਥਾ, ਵਖਿਆਨ, ਇਤਿਹਾਸ, ਸਾਰਾ ਕੁੱਝ ਅਸੀਂ ਗੁਰਦੁਆਰਿਆਂ ਦੇ ਵਿੱਚ ਕਰਦੇ ਹਾਂ। ਪਰ ਕਹਿੰਦੇ ਹੁੰਦੇ ਆ ਕਿ ਬੰਦਾ ਭਾਵੇਂ ਦੇਹ ਜਿੱਡੀ ਮਰਜ਼ੀ ਫੁੱਲੀ ਹੋਵੇ, ਜਿੰਨਾ ਚਿਰ ਉਹਦੇ ਵਿੱਚ ਜਾਨ ਨਹੀਂ ਹੈ ਨਾ, ਉਹ ਉਹਨਾਂ ਚਿਰ ਉਹਦਾ ਲਾਭ ਨਹੀਂ ਹੈ। ਅੱਜ ਸਾਨੂੰ ਵੀ ਕੁਛ ਇਸੇ ਤਰ੍ਹਾਂ ਦਾ ਲੱਗਦਾ ਕਿ ਜਿਵੇਂ ਬਹੁਤ ਕੁਝ ਖੋਖਲਾ ਜਿਹਾ ਸਾਡੇ ਧਰਮ ਦੇ ਵਿੱਚ ਹੋ ਚੁੱਕਾ ਹੈ। ਮੈਂ ਇਹ ਗੱਲ ਕਹਿੰਦਿਆਂ ਗੁਰੇਜ਼ ਨਾ ਕਰਾਂ, ਕਿਉਂਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਮਨ ਦੇ ਵਿੱਚ, ਜਿਹੜੇ ਪੰਜ ਚੀਜ਼ਾਂ ਬੈਠੀਆਂ ਨੇ, ਕਾਮ, ਕ੍ਰੋਧ, ਲੋਭ, ਅਹੰਕਾਰ, ਦਾ ਫਾਈਵ ਈਵਲ ਦੇ ਵਾਈਡਸ ਐਂਡ ਅਵਰ ਸੋਲ, ਹਾਊ ਵੀ ਕੰਟਰੋਲ ਇਟ, ਬਟ ਦਿਸ ਇਜ਼ ਅ ਵੈਰੀ ਡਿਫੀਕਲਟ ਟੂ ਕੰਟਰੋਲ। ਆਓ ਗੱਲਬਾਤ ਕਰੀਏ ਫਿਰ ਕਿੱਦਾਂ ਕੰਟਰੋਲ ਕਰਨਾ ਤੇ ਕਿੱਦਾਂ ਅਸੀਂ ਅਸਲ ਅਸਲੀਅਤ ਔਰ ਸੱਚ ਦੇ ਨਾਲ ਅਸੀਂ ਜੁੜੀਏ। ਮੈਂ ਮਿਲਾਵਾਂ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਦੋ ਗੁਣੀ ਗਿਆਨੀ ਮਹਾਨ ਵਿਦਵਾਨ ਪੰਥ ਦੇ ਕਥਾ ਔਰ ਕੀਰਤਨ। ਮੈਂ ਅੱਜ ਦੋਵਾਂ ਨੂੰ ਇਕੱਠਿਆਂ ਕਰ ਰਿਹਾ ਜੀ, ਕਥਾ ਵਿਖਿਆਨ ਕਰਨ ਵਾਲੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਅਤੇ ਕੀਰਤਨ ਦੇ ਮਾਹਰ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਦੋਵਾਂ ਨੂੰ ਮੈਂ ਫਤਿਹ ਬੁਲਾਵਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਵਿਚਾਰ ਕਰਾਂਗਾ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਤੁਹਾਡੇ ਵੱਲ ਜਾਵਾਂ। ਗੱਲਬਾਤ ਆਪਾਂ ਅੱਜ ਕਰਦੇ ਹਾਂ ਕਿ ਗੁਰਦੁਆਰਿਆਂ ਤੇ ਅਸੀਂ ਪੈਸਾ ਮਿਲੀਅਨ ਮਿਲੀਅਨ ਲਾ ਲਿਆ, ਬੜੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਬਣਾ ਲਈਆਂ ਅਸੀਂ, ਪਰ ਮੇਰਾ ਖਿਆਲ ਆ ਕਿ ਅਸੀਂ ਉੱਥੇ ਦੇ ਉੱਥੇ ਜੇ ਕਹਿ ਲਈਏ ਤੇ ਟਿਕੇ ਹੋਏ ਹਾਂ। ਇਹ ਵੀ ਠੀਕ ਲੱਗਦਾ ਕੁਝ, ਪਰ ਜਦੋਂ ਇਹਦੀ ਅਸਲੀਅਤ ਅਸੀਂ ਦੇਖੀਏ ਤੇ ਅਸੀਂ ਉੱਥੋਂ ਤੋਂ ਵੀ ਗਿਰ ਚੁੱਕੇ ਹਾਂ, ਅਸੀਂ ਉੱਥੋਂ ਨਿਕਲ ਚੁੱਕੇ ਹਾਂ। ਜਿਹਨੂੰ ਗੁਰਬਾਣੀ ਚ ਨਿਗਰ ਲਿਖਿਆ ਹੈ, ਲਫ਼ਜ਼ ਤੋਂ ਨਿਗਾਰਤਾ ਦੇ ਵੱਲ ਨੂੰ ਅਸੀਂ ਜਾ ਚੁੱਕੇ ਹਾਂ। ਬੜਾ ਪੈਸਾ ਅਸੀਂ ਇਕੱਠਾ ਕਰਦੇ ਹਾਂ, ਜਦੋਂ ਕਮੇਟੀਆਂ ਬਣਦੀਆਂ ਨੇ ਉਦੋਂ ਅਸੀਂ ਜਦੋਂ ਹਟਦੀਆਂ ਨੇ ਉਦੋਂ ਅਸੀਂ ਸਟੇਜਾਂ ਤੋਂ ਸੁਣਾਉਂਦੇ ਹਾਂ, ਲਓ ਜੀ ਮੈਂ 2 ਲੱਖ ਜਮ੍ਹਾਂ ਕਰਤਾ, ਮੈਂ 6 ਲੱਖ ਜਮ੍ਹਾਂ ਕਰ ਦਿੱਤਾ, ਮੈਂ ਆਹ ਕੁੱਝ ਇੰਨਾ ਕੁੱਝ ਕੀਤਾ, ਮੈਂ ਉਹ ਕੀਤਾ ਕਿੱਦਾਂ ਹੈ, ਕਦੀ ਕੰਜੂਸੀ ਕਰ ਲਈ, ਕਦੀ ਕੁਛ ਕਰ ਲਿਆ, ਕਦੀ ਕੁਛ ਕਰ ਲਿਆ, ਸਹੀ ਗੱਲਾਂ ਬਹੁਤ ਸਾਹਮਣੇ ਆ ਰਹੀਆਂ ਨੇ। ਭਾਈ ਸਾਹਿਬ ਜੀ ਪਹਿਲਾਂ ਇਹਦੇ ਬਾਰੇ ਕੀ ਕਹਿਣਾ ਚਾਹੁੰਗੇ? ਸੁਰਜੀਤ ਸਿੰਘ ਜੀ, ਐਕਚੁਅਲੀ 3 ਚੀਜ਼ਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਜੀ, ਔਰ 3 ਚੀਜ਼ਾਂ ਗੱਗੇ ਇੱਕ ਨਾਲ ਬਣਦੀਆਂ ਨੇ। ਪਹਿਲਾਂ ਦੇਖੋ ਗੁਰਦੁਆਰਾ, ਗੁਰਦੁਆਰ ਤੋਂ ਬਾਅਦ ਚ ਆ ਜਾਂਦਾ ਹੈ ਗੋਲਕ। ਇਹਨਾਂ ਦੋਨਾਂ ਅੱਗੇ ਆਪਾਂ ਨਿਕਲਣਾ ਸੀ, ਤੀਸਰਾ ਸ਼ਬਦ ਆ ਜਾਂਦਾ ਗ੍ਰੰਥ। ਜਦੋਂ ਤੱਕ ਆਪਾਂ ਗ੍ਰੰਥ ਤੱਕ ਨਹੀਂ ਪੁੱਜਦਾ ਤਦ ਤੱਕ ਸਾਡੇ ਜੀਵਨ ਚ ਕੋਈ ਪਰਿਵਰਤਨ ਨਹੀਂ ਆ ਸਕਦਾ। ਅਸੀਂ ਸਿਰਫ ਦੀ ਇਮਾਰਤ ਤੱਕ ਤੇ ਗੋਲਕ ਤੱਕ ਸੀਮਿਤ ਹੋ ਕੇ ਰਹਿ ਗਏ। ਅਸੀਂ ਗੁਰੂ ਗ੍ਰੰਥ ਸਾਹਿਬ
ਅਸੀਂ ਪਾਵਨ ਬਾਣੀ ਨੂੰ ਪੜ੍ਹਿਆ ਨਹੀਂ, ਜੇ ਪੜ੍ਹਿਆ ਤੇ ਪੜ੍ਹਨ ਤੱਕ ਹੀ ਸੀਮਿਤ ਰਹਿ ਗਏ, ਉਹਨੂੰ ਅੱਗੇ ਵਿਚਾਰਿਆ ਨਹੀਂ, ਜੇ ਵਿਚਾਰਿਆ ਤੇ ਵਿਚਾਰਨ ਤੱਕ ਸੀਮਿਤ ਹੋ ਕੇ ਰਹਿ ਗਏ, ਉਸਨੂੰ ਆਪਣੇ ਜੀਵਨ 'ਚ ਇੰਪਲੀਮੈਂਟ ਨਹੀਂ ਕੀਤਾ। ਜਦ ਤੱਕ ਬਾਣੀ ਪੜ੍ਹ ਕੇ ਵਿਚਾਰ ਕੇ ਉਸਨੂੰ ਆਪਣੇ ਜੀਵਨ 'ਚ ਇੰਪਲੀਮੈਂਟ ਨਹੀਂ ਕਰਾਂਗੇ, ਤਦ ਤੱਕ ਸਾਡੇ ਜੀਵਨ ਦੀ ਕੋਈ ਖੇਡ ਨਹੀਂ ਬਣ ਸਕਦੀ। ਇਹ ਸਾਰੀਆਂ ਗੱਲਾਂ ਪੜ੍ਹਨ ਸੁਣਨ ਤੱਕ ਹੀ ਸੀਮਿਤ ਹੋ ਕੇ ਰਹਿ ਗਈ। ਗੁਰੂ ਅਮਰਦਾਸ ਮਹਾਰਾਜ ਦੇ ਇੱਕ ਪਾਵਨ ਬਚਨ ਆਉਂਦਾ ਜੀ, ਮਹਾਰਾਜ ਕਹਿੰਦੇ, ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਇਹ ਪੜ੍ਹਨਾ ਤੇ ਗੁੜਨਾ ਇੱਕ ਕਾਰ ਬਣ ਕੇ ਰਹਿ ਗਈ, ਜਿਵੇਂ ਆਮ ਲੋਕ ਕੰਮ ਕਰਦੇ ਨੇ, ਧੰਦਾ ਕਰਦੇ ਨੇ, ਇਹ ਵੀ ਇੱਕ ਧੰਦਾ ਹੀ ਬਣ ਕੇ ਰਹਿ ਗਿਆ ਜੀ। ਜਦ ਤੱਕ ਆਪਾਂ ਸਹੀ ਮਾਇਨੇ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਨਹੀਂ ਕਰਾਂਗੇ, ਤਦ ਤੱਕ ਜੀਵਨ 'ਚ ਉਹ ਖੇਡ ਪਰਿਵਰਤਨ ਨਹੀਂ ਆ ਸਕਦਾ ਜੀ। ਜੀ ਬਿਲਕੁਲ, ਤੁਸੀਂ ਬਹੁਤ ਅੱਛੀ ਗੱਲ ਕਹੀ ਹੈ ਕਿ ਤਿੰਨ ਗੱਗੇ ਜਿਹੜੇ ਲਏ ਨੇ, ਤੇ ਮੈਂ ਇਸ ਨੂੰ ਗੁਰਬਾਣੀ ਦੇ ਮੁਤਾਬਕ ਢੁਕਾ ਦੇਵਾਂ ਕਿ ਸਤਿਗੁਰ ਨਾਲ ਸਭ ਕੋ ਵੇਖਦਾ ਜੇਤਾ ਜਗ ਸੰਸਾਰ, ਡਿੱਠਾ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਦੇ ਵਿਚਾਰ। ਖੈਰ ਵਿਚਾਰਾਂ ਆਪਾਂ ਸ਼ੁਰੂ ਕੀਤੀਆਂ ਨੇ, ਮੈਂ ਨਾਲ ਹੀ ਸਤਿਕਾਰਯੋਗ ਨਿਰਵਨ ਸਿੰਘ ਜੀ ਉਹਨਾਂ ਵੱਲ ਵੀ ਚਲੇ ਜਾਵਾਂ, ਉਹਨਾਂ ਵੱਲ ਵੀ। ਚਾਤ ਕੁਮਾਰਾਂ ਤੇ ਕੀਰਤਨ ਦੇ ਬੜੇ ਸਿਆਣੇ ਨੇ। ਕੀਰਤਨ ਕੀਰਤਨ ਇੱਕ ਨਿਰਮੋਲਕ ਹੀਰਾ ਹੈ, ਕਿਉਂਕਿ ਕੀਰਤਨ ਨਿਰਮੋਲਕ ਹੀਰਾ ਗੁਰਬਾਣੀ ਵਿੱਚ ਵੀ ਸਾਨੂੰ ਉਪਦੇਸ਼ ਦਿੱਤਾ ਹੈ। ਹਰਬੰਸ ਸਿੰਘ ਜੀ, ਅੱਜ ਦੇ ਕੀਰਤਨ ਵਿੱਚ, ਅਜੋਕੇ ਕੀਰਤਨ ਦੇ ਵਿੱਚ, ਤੇ ਜੋ ਪਿੱਛੇ ਸਮਾਂ ਬੀਤ ਚੁੱਕਾ ਹੈ, ਉਸ ਕੀਰਤਨ ਦੇ ਵਿੱਚ ਤੁਸੀਂ ਕੀ ਫਰਕ ਸਮਝਦੇ ਹੋ ਕਿ ਅਸੀਂ ਅੱਗੇ ਨੂੰ ਗਏ ਹਾਂ ਜਾਂ ਕਿ ਅਸੀਂ ਉੱਥੇ ਖੜੇ ਹਾਂ ਜਾਂ ਕਿ ਅਸੀਂ ਪਿੱਛੇ ਚਲੇ ਗਏ ਹਾਂ? ਅਸਲ 'ਚ ਕੀਰਤਨ ਕੀ ਹੈ, ਤੇ ਜੋ ਸਵਾਲ ਮੈਂ ਕੀਤਾ ਉਹਦਾ ਜਵਾਬ ਸਾਡੇ ਦਰਸ਼ਕਾਂ ਨੂੰ ਦਿਓ। ਜਿਹੜਾ ਕੀਰਤਨ ਸੀ ਪੁਰਾਣੇ ਰਾਗੀ ਸਿੰਘਾਂ ਦਾ, ਉਹ ਰਾਗੀ ਸਿੰਘ ਅਭਿਆਸ ਬਹੁਤ ਕਰਦੇ ਸਨ, ਰਿਆਜ਼ ਬਹੁਤ ਕਰਦੇ ਸਨ, ਉਹਨਾਂ ਦੇ ਗਲੇ ਵਿੱਚ ਵਜਨ ਸੀ, ਸੋਜ ਸੀ। ਉਹ ਜਦੋਂ ਕੀਰਤਨ ਕਰਦੇ ਸੀ ਤੇ ਦੂਸਰਾ ਕੀਰਤਨ ਦਾ ਜਿਹੜਾ ਢੰਗ ਸੀ, ਇੱਕ ਤਾਂ ਰਾਗ ਦੇ ਵਿੱਚ ਸੀ, ਇੱਕ ਤਾਲਾਂ ਦੇ ਵਿੱਚ ਸੀ। ਤਾਲ ਭਾਵੇਂ ਕਹਿ ਰਹੇ ਹੈ ਜਾਂ ਦਾਦਰਾ, ਪਹਿਲਾਂ ਵੱਡੇ ਤਾਲਾਂ ਦੇ ਵਿੱਚ ਉਹਨਾਂ ਵਿੱਚ ਕੀਰਤਨ ਸੀ ਤੇ ਰਾਗਾਂ ਦੇ ਵਿੱਚ ਕੀਰਤਨ ਸੀ। ਤੇ ਕੀਰਤਨ ਦਾ ਜਿਹੜਾ ਢੰਗ ਸੀ, ਸ਼ੈਲੀ ਸੀ, ਉਹ ਬੜੀ ਬੈਠਵੀਂ ਸ਼ੈਲੀ ਸੀ ਤੇ ਉਹਦੇ ਵਿੱਚ ਜਦੋਂ ਸ਼ਬਦ ਆਪਾਂ ਗਾਉਂਦੇ ਸੀ, ਖੈਰ ਕੀਰਤਨ ਬਣਦਾ ਹੀ ਰਾਗ ਤੇ ਗੁਰਬਾਣੀ ਰਲਾ ਕੇ ਉਹਨੂੰ ਹੀ ਕੀਰਤਨ ਕਿਹਾ ਜਾਂਦਾ। ਸਗੋਂ ਮੈਂ ਤਾਂ ਇੱਥੋਂ ਤੱਕ ਕਹਿੰਦਾ ਹਾਂ ਕਿ ਜਿਹਨਾਂ ਨੂੰ ਅਸੀਂ ਰਾਗੀ ਸਿੰਘ ਕਹਿੰਦੇ ਹਾਂ, ਆਪਾਂ ਗੁਰਬਾਣੀ ਦਾ ਭਾਵ ਲਈਏ ਤੇ ਗੁਰਬਾਣੀ 'ਚ ਕਿਹਾ, ਭਲੋ ਭਲੋ ਰੇ ਕੀਰਤਨੀਆਂ, ਕੀਰਤਨੀਆਂ ਦੀ ਗੱਲ ਕੀਤੀ ਹੈ। ਤੇ ਜੇ ਆਪਾਂ ਜਿੰਨਾ ਇਹਨੂੰ ਟਿਕਾ ਕੇ ਜਦੋਂ ਆਪਾਂ ਕੀਰਤਨ ਕਰਦੇ ਹਾਂ ਤਾਂ ਬਾਣੀ ਦੀ ਜਿਹੜੀ ਵਿਚਾਰ ਹੈ, ਡੂੰਘੀ ਵਿਚਾਰ ਹੈ, ਜਿਹਨੂੰ ਆਪਾਂ ਭਾਵ ਅਰਥ ਕਹਿੰਦੇ ਹਾਂ, ਉਹ ਬੜੀ ਸੋਹਣੀ ਸਮਝ ਆਉਂਦੀ ਹੈ। ਤੇ ਜਦ ਤੱਕ ਬਾਣੀ ਨਹੀਂ ਸਮਝ ਆਉਂਦੀ, ਉਦੋਂ ਤੱਕ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਆਪਾਂ ਗ੍ਰੰਥ 'ਤੇ ਨਹੀਂ ਪੁੱਜੇ, ਗ੍ਰੰਥ ਤੋਂ ਭਾਵ ਹੀ ਬਾਣੀ ਹੈ, ਵਿਚਾਰ ਹੈ। ਗੁਰੂ ਕਿਰਪਾ ਕਰੇ ਸਾਡਾ, ਅਸੀਂ ਕੀਰਤਨ ਦੇ ਵਿੱਚ ਵੀ, ਰਾਗ ਦੇ ਵਿੱਚ ਵੀ ਤੇ ਬਾਣੀ ਵੱਲ ਵੀ ਧਿਆਨ ਦੇ ਕੇ ਤਾਂ ਸਾਡਾ ਜਿਹੜਾ ਮਾਨਸਿਕ ਸਤਰ ਹੈ ਉਹ ਉੱਤੇ ਨੂੰ ਜਾ ਸਕਦਾ। ਗੁਰੂ ਬੋੜੀ ਕਰੇ ਜੀ। ਮੈਂ ਵਾਰੀ ਵਾਰੀ ਸਵਾਲ ਕਰਦਾ ਜਾਵਾਂਗਾ ਭਾਈ ਸਾਹਿਬ, ਭਾਈ ਸੁਰਜੀਤ ਸਿੰਘ ਜੀ, ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਗੱਲ ਕੀਤੀ ਹੈ, ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅਮਰਤ ਸਾਰੇ ਗੁਰਬਾਣੀ ਕਹਿ ਸੇਵ ਜਨ ਮਨ ਨੇ ਪ੍ਰਤਾ ਗੁਰੂ ਨਿਸਤਾਰੇ। ਬਾਣੀ ਇਹ ਤੁਰਕੀ ਬਾਣੀ ਹੈ, ਤੁਰਕੀ ਬਾਣੀ ਹੈ। ਆਪਾਂ ਤੁਰਕੀ ਬਾਣੀ ਮੰਨਦੇ ਹਾਂ, ਮੰਨਦੇ ਹਾਂ ਕਿ ਪ੍ਰੈਕਟੀਕਲੀ ਆਪਾਂ ਬਿਲਕੁਲ ਮੰਨਦੇ ਹਾਂ, ਗੱਲ ਇਹ ਸਮਝ, ਲਫ਼ਜ਼ ਉਹੀ ਹੈ। ਇੱਕ ਤਾਂ ਆਪਾਂ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਸੁਣਨੀ ਹੈ, ਫਿਰ ਉਸ ਤੋਂ ਅੱਗੇ ਚੱਲੀਏ ਤੇ ਮੰਨਦੇ ਹਾਂ। ਬਾਣੀ ਤੋਂ ਪਹਿਲਾਂ ਕੀ ਅਰਥ ਹੈ ਜੀ? ਅਸਲ ਵਿੱਚ ਪਹਿਲਾਂ ਦੇਖਣਾ ਪਏਗਾ ਕਿ ਬਾਣੀ ਹੈ ਕੀ, ਤੇ ਇਸ ਸਵਾਲ ਦਾ ਜਵਾਬ ਲੈਣ ਵਾਸਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦਾ ਅਭਿਆਸ ਕਰਨਾ ਪੈਣਾ।
ਗੁਰੂ ਕੀ ਬਾਣੀ ਦੇ ਦਰਸ਼ਨ ਕਰਨੇ ਪੈਣ। ਸਤਿਗੁਰਾਂ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਜੀ, ਕਹਿੰਦੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਜਿਹੜਾ ਸਤ ਦਾ ਸਰੂਪ ਹੈ, ਇਹ ਨਿਰੋਲ ਸੱਚ ਹੈ ਜੀ। ਔਰ ਇਹਦੇ ਅੰਦਰ ਕੇਵਲ ਤਾਂ ਕੇਵਲ ਗੁਰੂ ਸਾਹਿਬਾਨ ਦੀ ਬਾਣੀ ਨਹੀਂ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਕਿਤੇ ਵੀ ਸੱਚ ਦੇ ਬੋਲ ਲੱਭੇ, ਉਹ ਇਨਸਾਨ ਕਿਸੇ ਵੀ ਮਜ਼ਹਬ ਨਾਲ ਕਿਸੇ ਵੀ ਜਾਤ ਬਰਾਦਰੀ ਨਾਲ ਤਲਕ ਰੱਖਦਾ ਸੀ, ਉਹ ਮਾਇਨੇ ਨਹੀਂ ਰੱਖਿਆ। ਗੁਰੂ ਪਾਤਸ਼ਾਹ ਨੇ ਦੇਖਿਆ ਕਿ ਕਿਹਦੇ ਅੰਦਰੋਂ ਸੱਚ ਦੇ ਬੋਲ ਨਿਕਲੇ ਨੇ, ਇਸੇ ਕਰਕੇ ਗੁਰੂ ਪਾਤਸ਼ਾਹ ਨੇ ਸਾਰੀ ਬਾਣੀ ਨੂੰ ਸੱਤ ਦਾ ਸਰੂਪ ਆਖਿਆ। ਸਤਿਗੁਰ ਕੀ ਬਾਣੀ ਸੱਤ ਸਰੂਪ ਹੈ। ਔਰ ਉਹ ਸੱਚ ਦੇ ਬੋਲ ਇਕੱਠੇ ਕਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇੱਕ ਵਿਰਜੇ ਬੜਾ ਲੰਬਾ ਪੈਂਡਾ ਤੈਅ ਕੀਤਾ, ਬਹੁਤ ਲੰਬੀ ਯਾਤਰਾ ਕੀਤੀ ਕਿ ਕਿਸੇ ਦੇ ਅੰਦਰੋਂ ਵੀ ਕੋਈ ਸੱਚ ਦੇ ਬੋਲ ਲੱਭ ਜਾਣ ਤੇ ਆਪਾਂ ਉਹਨਾਂ ਨੂੰ ਇਕੱਤਰ ਕਰੀਏ। ਔਰ ਸੱਚਮੁੱਚ ਏਡਾ ਵੱਡਾ ਇਹ ਗ੍ਰੰਥ ਤਿਆਰ ਕਰਕੇ ਸਤਿਗੁਰਾਂ ਸਾਨੂੰ ਦਿੱਤਾ, ਆਖਿਆ ਤੈਨੂੰ ਰੱਬ ਨੂੰ ਢੂੰਡਣ ਦੀ ਲੋੜ ਨਹੀਂ, ਬਸ ਇਸ ਬਾਣੀ ਨੂੰ ਪੜ੍ਹਿਆ ਕਰ, ਵਿਚਾਰਿਆ ਕਰ, ਇਹੀ ਉਸ ਸੱਤ ਦਾ ਸਰੂਪ ਹੈ, ਉਸ ਪਰਮਾਤਮਾ ਦਾ ਸਰੂਪ ਹੈ। ਇੱਕ ਛੋਟੀ ਜਿਹੀ ਉਦਾਹਰਨ ਦੇਵਾਂ, ਜੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹ ਸੱਚ ਦਾ ਸਰੂਪ ਜਿਹੜਾ ਸਾਡੇ ਸਾਹਮਣੇ ਰੱਖਿਆ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਇਸ ਸੱਚ ਦੇ ਸਰੂਪ ਨੂੰ ਸੰਭਾਲਣ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਕੁਰਬਾਨੀ ਤੱਕ ਦੇ ਦਿੱਤੀ। ਆਪ ਜੀ ਦੇ ਧਿਆਨ ਵਿੱਚ ਹੋਵੇਗੀ ਘਟਨਾ, ਹੁਣੇ ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਵਸ ਮਨਾਇਆ। ਤੁਹਾਨੂੰ ਪਤਾ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰ ਲੱਗੇ ਤੇ ਦੋ ਸ਼ਰਤਾਂ ਰੱਖੀਆਂ ਸਨ ਜੀ। ਪਹਿਲੀ ਸ਼ਰਤ ਸੀ ਕਿ ਤੁਸੀਂ ਖੁਸਰੋ ਦੀ ਦਾ ਸਾਥ ਦਿੱਤਾ ਤੇ ਇਸ ਕਰਕੇ ਤੁਹਾਨੂੰ 2 ਲੱਖ ਰੁਪਇਆ ਜੁਰਮਾਨਾ ਲਾਇਆ ਜਾਂਦਾ, ਜਾਂ ਤੇ 2 ਲੱਖ ਰੁਪਇਆ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਓ। ਜੇ ਇਹ ਨਹੀਂ ਕਰ ਸਕਦੇ ਤੇ ਇਹ ਜਿਹੜਾ ਗ੍ਰੰਥ ਤੁਸੀਂ ਤਿਆਰ ਕੀਤਾ ਨਾ, ਇਹਦੇ ਵਿੱਚ ਸਾਡੇ ਮੁਤਾਬਕ ਕੋਈ ਬੋਲ ਐਡ ਕਰ ਦਿਓ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਦੋਵੇਂ ਗੱਲਾਂ ਨਹੀਂ ਹੋ ਸਕਦੀਆਂ, ਨਾ ਤੇ ਇਹ ਗੁਰੂ ਕੀ ਗੋਲਕ ਵਿੱਚੋਂ ਸਰਕਾਰੀ ਖਜ਼ਾਨੇ ਵਿੱਚ ਪੈਸਾ ਜਮ੍ਹਾਂ ਕੀਤਾ ਜਾ ਸਕਦਾ, ਕਿਉਂਕਿ ਕਿਰਤੀ ਸਿੱਖਾਂ ਦਾ ਪੈਸਾ ਹੈ। ਇਹ ਬੜੀ ਮਿਹਨਤ ਕਰਕੇ, ਬੜੀ ਘਾਲਣਾ ਕਰਕੇ ਕਿਰਤੀ ਸਿੱਖਾਂ ਨੇ ਪੈਸਾ ਕਮਾਇਆ ਤੇ ਉਹਦੇ ਵਿੱਚੋਂ ਦਸਵੰਧ ਕੱਢਿਆ। ਇਸ ਦਸਵੰਧ ਨਾਲ, ਗੁਰੂ ਕੀ ਗੋਲਕ ਨਾਲ ਗੁਰੂ ਘਰ ਦਾ ਪ੍ਰਬੰਧ ਚੱਲ ਸਕਦਾ ਹੈ, ਲੋੜਵੰਦਾਂ ਦੀ ਸੇਵਾ ਕੀਤੀ ਜਾ ਸਕਦੀ ਹੈ। ਇਹ ਮਾਇਆ ਜਿਹੜਾ ਸਰਕਾਰੀ ਖਜ਼ਾਨਿਆਂ ਵਿੱਚ ਜਮ੍ਹਾਂ ਕਰਾਉਣ ਵਾਸਤੇ ਨਹੀਂ। ਆਖਿਆ ਤੁਹਾਡੀ ਇਹ ਵੀ ਸ਼ਰਤ ਸਾਨੂੰ ਮਨਜ਼ੂਰ ਨਹੀਂ, ਤੇ ਰਹੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਕੁਝ ਦਰਜ ਕਰਨ ਦੀ, ਕਹਿਣ ਲੱਗੇ ਨਿਰੋਲ ਸੱਚ ਹੈ, ਇਹਦੇ ਵਿੱਚ ਕਦੇ ਮਿਲਾਵਟ ਨਹੀਂ ਕੀਤੀ ਜਾ ਸਕਦੀ। ਇੱਕ ਵਿਦਵਾਨ ਦੀ ਬੜੀ ਸੋਹਣੀ ਲਿਖੀ ਘਟਨਾ ਪੜ੍ਹਿਆ ਸਾਂ, ਕਹਿਣ ਲੱਗੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਇਹ ਸ਼ਰਤ ਰੱਖੀ ਨਾ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਦੇਖੋ ਘਰ ਵਿੱਚ ਇੱਕ ਮਾਂ ਹੁੰਦੀ ਹੈ, ਧੀਵੀ ਹੁੰਦੀ ਹੈ ਨਾ, ਤੇ ਪਰਿਵਾਰ ਵਾਸਤੇ ਲੰਗਰ ਤਿਆਰ ਕਰਦੀ ਹੈ, ਤੇ ਲੰਗਰ ਤਿਆਰ ਕਰਕੇ ਤੇ ਉਹ ਫੜਾ ਪੂਰਨ ਤੌਰ ਤੇ ਫਿਰ ਧਿਆਨ ਵੀ ਰੱਖਦੀ ਹੈ ਕਿ ਇਹਦੇ ਵਿੱਚ ਕੋਈ ਕਮੀ ਨਾ ਰਹਿ ਜਾਏ, ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜਿਹੜਾ ਲੰਗਰ ਹੈ ਇਹ ਪ੍ਰਸ਼ਾਦ ਆ, ਮੇਰੇ ਪਰਿਵਾਰ ਨੇ ਛਕਣਾ। ਕਹਿੰਦੇ ਕਿ ਇੰਨੀ ਮਿਹਨਤ ਕਰਕੇ, ਇੰਨੀ ਘਾਲਣਾ ਘਲਕੇ ਜੋ ਲੰਗਰ ਤਿਆਰ ਕੀਤਾ ਜਾਂਦਾ ਹੈ, ਤੇ ਕੋਈ ਆ ਕੇ ਆਖੇ ਕਿ ਇਹਦੇ ਵਿੱਚ ਕੋਈ ਜ਼ਹਿਰ ਦੀ ਬੂੰਦ ਪਾ ਦਿੱਤੀ ਜਾਵੇ, ਕਿਆ ਉਹ ਮਾਂ ਇਹ ਕੰਮ ਕਰਨ ਨੂੰ ਤਿਆਰ ਹੋਵੇਗੀ? ਉਹ ਕਦੇ ਵੀ ਨਹੀਂ ਤਿਆਰ ਹੋਵੇਗੀ। ਉਹਨੂੰ ਪਤਾ ਸੀ ਕਿ ਮੇਰੇ ਪਰਿਵਾਰ ਦੀ ਇੱਥੇ ਤੰਦਰੁਸਤੀ ਦਾ ਸਵਾਲ ਹੈ, ਮੇਰੇ ਪਰਿਵਾਰ ਦੇ ਜੀਆਂ ਦਾ ਨੁਕਸਾਨ ਹੋ ਸਕਦਾ। ਸੱਚਮੁੱਚ ਇਹ ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਥਾਲ ਪਰੋਸਿਆ ਨਾ, ਇਹ ਜਿਹੜਾ ਸੱਚ ਦਾ ਸਰੂਪ ਸਾਡੇ ਸਾਹਮਣੇ ਰੱਖਿਆ ਵੀਰ ਜੀ, ਇਹਦੇ ਵਿੱਚ ਸਤਿਗੁਰਾਂ ਨੇ ਫਿਰ ਮਿਲਾਵਟ ਵੀ ਕਿਸੇ ਤਰ੍ਹਾਂ ਨਹੀਂ ਦੀ ਹੋਣ ਦਿੱਤੀ। ਤੁਹਾਨੂੰ ਪਤਾ, ਤੁਸੀਂ ਵਿਦਵਾਨ ਹੋ, ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਆਏ ਸਨ ਕਾਨ੍ਹਾ, ਛੱਜੂ, ਪੀਲੂ, ਸ਼ਾਹ ਹੁਸੈਨ, ਤੇ ਸਤਿਗੁਰਾਂ ਨੇ ਉਹਨਾਂ ਕੋਲੋਂ ਪਹਿਲਾਂ ਉਹਨਾਂ ਦੀਆਂ ਰਚਨਾਵਾਂ ਸੁਣੀਆਂ ਸਨ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਇਹਨਾਂ ਦੇ ਅੰਦਰ ਸੱਚ ਨਜ਼ਰ ਨਹੀਂ ਆ ਰਿਹਾ, ਮੈਂ ਕੀ ਕਰਾਂ, ਇਹ ਤੁਹਾਡੇ ਬੋਲ ਜਿਹੜੇ ਨੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦਰਜ ਨਹੀਂ ਹੋ ਸਕਦੇ। ਸੋ ਮੁੱਕਦੀ ਗੱਲ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਜਿਹੜੀ, ਇਹ ਸੱਤ ਦਾ ਸਰੂਪ ਹੈ ਜੀ, ਇਹ ਪਰਮਾਤਮਾ ਦਾ ਸਰੂਪ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਆਖਿਆ ਵਾਹੋ ਵਾਹੋ ਬਾਣੀ,
ਨਿਰੰਕਾਰ ਹੈ ਤੇ ਸਜੇਵਟ ਅਵਰ ਨਾ ਕੋਈ। ਇਹ ਬਾਣੀ ਉਸ ਨਿਰੰਕਾਰ ਦਾ ਸਰੂਪ ਹੈ, ਇਹ ਪਰਮਾਤਮਾ ਹੈ। ਇੱਕ ਹੋਰ ਛੋਟੀ ਜਿਹੀ ਗੱਲ ਕਹਿ ਦਿਆਂ, ਸਾਰੀਆਂ ਗੱਲਾਂ ਸਾਨੂੰ ਕਿਤਾਬਾਂ ਚੋਂ ਨਹੀਂ ਮਿਲਣੀਆਂ। ਜਿਵੇਂ ਜਿਵੇਂ ਅਸੀਂ ਬਾਣੀ ਪੜ੍ਹਾਂਗੇ, ਜਿਵੇਂ ਜਿਵੇਂ ਆਪਾਂ ਅਭਿਆਸ ਕਰਾਂਗੇ, ਤੁਹਾਨੂੰ ਅੰਦਰੋਂ ਕੁਝ ਫੁਰਨੇ ਉੱਠਣੇ। ਇੱਕ ਦਿਨ ਬੈਠਾ ਬੈਠਾ ਪੜ੍ਹ ਰਿਹਾ ਸਾਂ ਤੇ ਇੱਕ ਖਿਆਲ ਆਇਆ ਅੰਦਰ। ਮੈਂ ਕਹਿੰਦਾ ਕਿਸੇ ਜੁੜੀਆਂ ਹੋਈਆਂ ਰੂਹਾਂ ਨੇ ਕਿਤੇ ਗੁਰੂ ਅਰਜਨ ਦੇਵ ਗੁਰੂ ਨਾਨਕ ਪਾਤਸ਼ਾਹ ਅੱਗੇ ਫਰਿਆਦ ਕੀਤੀ ਹੋਣੀ ਆ, ਮਾਲਕਾ ਸਾਡੇ ਕੋਲ ਉਹ ਅਲਫਾਜ਼ ਨਹੀਂ ਹੈ, ਸਾਡੇ ਕੋਲ ਉਹ ਸ਼ਬਦਾਵਲੀ ਨਹੀਂ ਹੈ ਜਿਸ ਸ਼ਬਦਾਵਲੀ ਨੂੰ ਵਰਤ ਕੇ ਆਪਾਂ ਪਰਮਾਤਮਾ ਨਾਲ ਗੱਲਾਂ ਕਰ ਸਕੀਏ। ਫਿਰ ਐਡਾ ਵੱਡਾ ਪਰਉਪਕਾਰ ਕੀਤਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਸਾਨੂੰ ਉਹ ਸ਼ਬਦਾਵਲੀ ਦਿੱਤੀ। ਆਖਿਆ ਸੱਜਣਾ ਲੈ, ਜੇ ਤੇਰੇ ਕੋਲ ਅਲਫਾਜ਼ ਨਹੀਂ ਹੈ, ਤੇਰੇ ਕੋਲ ਉਹ ਬੋਲ ਨਹੀਂ ਹੈ ਜਿਹਨਾਂ ਬੋਲਾਂ ਨੂੰ ਬੋਲ ਕੇ ਤੂੰ ਰੱਬ ਨਾਲ ਗੱਲ ਕਰ ਸਕੇ, ਤੈਨੂੰ ਇਤਨਾ ਵੱਡਾ ਖਜ਼ਾਨਾ 1430 ਅੰਗ ਦਾ, ਇਹ ਤੈਨੂੰ ਬੋਲ ਦਿੰਦਾ, ਤੈਨੂੰ ਸ਼ਬਦਾਵਲੀ ਦਿੰਦਾ, ਅਲਫਾਜ਼ ਦਿੰਦਾ, ਇਹਨਾਂ ਨੂੰ ਵਰਤ ਕੇ ਤੂੰ ਪਰਮਾਤਮਾ ਨਾਲ ਗੱਲਾਂ ਕਰਿਆ ਕਰ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੋਤੀ ਜੋ ਸਮਾਨ ਲੱਗੇ ਨੇ ਵੀਰ ਜੀ, ਇਹ ਸਾਖੀ ਤਾਂ ਬੜੀ ਪ੍ਰਚਲਿਤ ਹੈ, ਪਰ ਸਾਖੀ ਕੇਵਲ ਕਹਿਣ ਸੁਣਨ ਤੱਕ ਸੀਮਿਤ ਨਾ ਹੋਵੇ। ਇੱਕ ਬਚਨ ਮੈਂ ਬਾਰ ਬਾਰ ਰਿਪੀਟ ਕਰਨਾ ਹੁੰਦਾ ਵੀਰ ਜੀ, ਕਿ ਕਹਿਣਾ ਸੌਖਾ, ਸੁਣਨਾ ਵੀ ਬੜਾ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ। ਕਹਿਣਾ ਬੜਾ ਸੌਖਾ ਤੇ ਸੁਣਨਾ ਬੜਾ ਸੌਖਾ, ਔਖੀ ਹੈ ਤੇ ਉਸ ਚੀਜ਼ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਨਾ। ਗੁਰੂ ਕਲਗੀਧਰ ਪਾਤਸ਼ਾਹ ਜੋਤੀ ਜੋ ਸਮਾਨ ਲੱਗੇ, ਇਹ ਬੜੇ ਲੰਬੇ ਜਵਾਬ ਨੇ ਜੀ ਇਹਨਾਂ ਸਵਾਲਾਂ ਦੇ, ਬੜੇ ਵਿਸਤਾਰ ਨਾਲ ਵਿਚਾਰ ਕੀਤੀ ਜਾ ਸਕਦੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਤੁਸੀਂ ਉਹ ਸਰੀਰਕ ਤੌਰ ਤੇ ਜਾ ਰਹੇ ਹੋ, ਕੱਲ ਨੂੰ ਤੁਹਾਡੇ ਨਾਲ ਬਾਤਾਂ ਕਰਨ ਨੂੰ ਦਿਲ ਕਰੇ ਤਾਂ ਕੀ ਕਰਾਂਗੇ? ਗੁਰੂ ਕਲਗੀਧਰ ਪਾਤਸ਼ਾਹ ਦਾ ਜਵਾਬ ਸੱਚਮੁੱਚ ਕੇ ਤੇ ਸਾਨੂੰ ਅੱਜ ਸਮਝ ਆ ਜੇ। ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠ ਕੇ ਪਿਆਰ ਦੇ ਨਾਲ ਰੱਬੀ ਬਾਣੀ ਨੂੰ ਪੜ੍ਹਿਓ ਤੇ ਵਿਚਾਰਿਓ, ਤੇ ਅੰਦਰ ਇੱਕ ਫੁਰਨਾ ਤਿਆਰ ਕਰਿਓ ਕਿ ਮੈਂ ਗੁਰੂ ਕਲਗੀਧਰ ਪਾਤਸ਼ਾਹ ਨਾਲ ਗੱਲਾਂ ਕਰ ਰਿਹਾ। ਅੱਜ ਵੀਰ ਜੀ ਕੌਣ ਇਸ ਤਰੀਕੇ ਨਾਲ ਬਾਣੀ ਪੜ੍ਹਦਾ ਪਿਆ, ਕਿਤੇ ਵਿਚਾਰ ਕਰਕੇ ਦੇਖਿਓ। ਬਸ ਬੱਧੇ ਰੁੱਝੇ ਬਾਣੀ ਪੜ੍ਹੀ ਜਾ ਰਹੀ ਹੈ, ਜਾਂ ਇੱਕ ਕੰਪੀਟੀਸ਼ਨ ਹੋ ਰਿਹਾ ਕਿ ਮੈਂ 2 ਘੰਟੇ ਵਿੱਚ 100 ਅੰਗ ਕਰ ਲੈਣਾ, ਜਾਂ ਮੈਂ 2 ਘੰਟੇ ਵਿੱਚ ਇੰਨੇ ਅੰਗ ਕਰ ਲੈਣਾ। ਮੈਂ ਤੇ ਇੱਕੋ ਗੱਲ ਕਹਿਣਾ ਕਿ ਤੇ ਇੱਕ ਅੱਖਰ ਹੀ ਅੰਦਰ ਵਸ ਜਾਏ ਤੇ ਇਹ ਪਾਵਨ ਬਾਣੀ ਸਾਡੇ ਜੀਵਨ ਦਾ ਪਾਰ ਉਤਾਰਾ ਕਰ ਦੇਗੀ ਵੀਰ ਜੀ। ਜੀ ਬਿਲਕੁਲ ਭਾਈ ਸਾਹਿਬ ਜੀ, ਤੁਸੀਂ ਬਿਲਕੁਲ ਖਰੀਆਂ ਗੱਲਾਂ ਕਰ ਰਹੇ ਹੋ। ਮੈਂ ਨਾਲ ਨਾਲ ਕੀਰਤਨ ਦੀ ਗੱਲ ਵੀ ਕਰਦਾ ਜਾਵਾਂ, ਕਿਉਂਕਿ ਇਹ ਵੀ ਫਿਰ ਸਾਡੇ ਧਰਮ ਦੇ ਵਿੱਚ ਬੜੀ ਜ਼ਰੂਰੀ ਹੋ ਗਈ ਆ ਅੱਜ ਕੱਲ੍ਹ। ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਜੀ ਜੀ ਕੀਰਤਨਕਾਰ ਵੀ ਆਪਾਂ ਦੇਖਦੇ ਹਾਂ, ਬੋਲੀਆਂ ਬਦਲ ਗਈਆਂ, ਗੱਲਬਾਤ ਬਦਲ ਗਈ ਕੀਰਤਨ ਕਰਨ ਵਾਲਿਆਂ ਦੇ। ਹੁਣ ਮੈਂ ਗੱਲ ਇਹ ਵੀ ਤੁਹਾਨੂੰ ਕਹਿ ਦਵਾਂ ਕਿ ਰੇਟ ਵੀ ਬਦਲ ਗਿਆ। ਪ੍ਰਬੰਧਕ ਜਿਹੜਾ ਢਾਣਾ ਹੈ ਸਾਰਾ ਹੀ ਤੇ ਪ੍ਰਚਾਰਕੀ ਢਾਣਾ ਹੈ, ਕਿਤੇ ਨਾ ਕਿਤੇ ਪ੍ਰਬੰਧਕ ਵੀ ਉਸ ਚੀਜ਼ ਨੂੰ ਅੰਦਰੋਂ ਨਹੀਂ ਲੈ ਰਿਹਾ ਕਿ ਕੀਰਤਨ ਕੀ ਹੈ ਅਸਲ ਦੇ, ਕੀਰਤਨ ਦਾ ਭਾਵ ਕੀ ਹੈ। ਔਰ ਕੀਰਤਨ ਕਰਨ ਵਾਲਾ ਵੀ ਇੱਕ ਮੈਸਜ ਦੇ ਲਫ਼ਜ਼ ਨੂੰ ਕਹਿ ਰਿਹਾ ਕਿ ਮਾਇਆ ਤੇ ਨਿਗਾਹ ਚਲੀ ਗਈ ਹੈ। ਤੁਸੀਂ ਇਸ ਨੂੰ ਕਿਸ ਤਰ੍ਹਾਂ ਪ੍ਰਗਟ ਕਰਨਾ ਚਾਹੋਗੇ? ਇਹ ਜੋ ਸਿਸਟਮ ਅੱਜ ਦੇ ਜਾਂ ਜੋ ਕਿ ਸਮੇਂ ਦੇ ਵਿੱਚ ਚੱਲ ਪਿਆ ਹੈ, ਇਹਨੂੰ ਕਿਵੇਂ ਰੋਕਿਆ ਜਾਵੇ, ਜਾਂ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਹਰਵੰਤ ਸਿੰਘ ਜੀ? ਇਹ ਸਾਰਾ ਢਾਂਚਾ ਇੱਕ ਵਪਾਰਕ ਜਿਹਾ ਢਾਂਚਾ ਨਜ਼ਰ ਆ ਰਿਹਾ, ਚਾਹੇ ਉਹਦੇ ਵਿੱਚ ਅਸੀਂ ਰਾਗੀ ਸਿੰਘ ਚਾਹੇ ਪ੍ਰਬੰਧਕ ਹੈ। ਤੇ ਜਦੋਂ ਆਪਾਂ ਪਹਿਲੇ ਸਮੇਂ ਦੇਖਦੇ ਹਾਂ, ਜਾਂ ਅੱਜ ਤੋਂ 50-60 ਸਾਲ ਪਹਿਲਾਂ ਆਪਣੇ ਬਚਪਨ ਦਾ ਰੰਗ ਢੰਗ ਦੇਖਦੇ ਹਾਂ, ਜਦੋਂ ਸੰਗਤਾਂ ਵੀ ਬੜੀਆਂ ਸਿਆਣੀਆਂ, ਸੰਗਤਾਂ ਵੀ ਜਦੋਂ ਕੋਈ ਵਿਦਵਾਨ ਸੱਜਣ ਆਉਂਦਾ ਸੀ ਕੀਰਤਨੀਆਂ, ਤੇ ਨਾਲ ਨਾਲ ਉਹ ਕੀਰਤਨ ਦੇ ਨਾਲ ਨਾਲ ਵਿਚਾਰ ਵੀ ਦਿੰਦੇ ਸਨ। ਜਿੱਦਾਂ ਆਪਾਂ ਕਹਿੰਦੇ ਹਾਂ ਨਾ, ਭਾਈ ਗੁਰਦਾਸ ਦੀ ਵਾਰਨਾ ਜਿਹੜੀਆਂ ਹਨ,
ਉਹ ਗੁਰਬਾਣੀ ਦੀ ਕੁੰਜੀ ਹੈ। ਜਿਹਨੇ ਗੁਰਬਾਣੀ ਨੂੰ ਸਮਝਣਾ ਹੈ ਉਹ ਭਾਈ ਗੁਰਦਾਸਾਂ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਵਾਰਾਂ ਉਹਨਾਂ ਨੂੰ ਉਹ ਜ਼ਰੂਰ ਪੜ੍ਹੇ ਪ੍ਰਮਾਣਿਕ ਤੌਰ 'ਤੇ। ਹਾਂ, ਗੱਲ ਮੈਨੂੰ ਇੱਥੇ ਆ ਰਹੀ ਇੱਕ ਹੋਰ ਚੇਤੇ, ਇਹ ਅੱਜ ਅਸੀਂ ਗੁਰਬਾਣੀ ਨੂੰ ਗੁਰਬਾਣੀ ਦੇ ਨਾਲ ਹੀ ਸਿੱਧ ਕਰਦੇ ਹਾਂ। ਇਹ ਵੀ ਇੱਕ ਪਰੰਪਰਾ ਮੇਰੇ ਹਿਸਾਬ 'ਚ ਇਸ ਵੇਲੇ ਗਲਤ ਪੈ ਗਈ ਆ ਕਿ ਪ੍ਰਮਾਣ ਦੇਣ ਦਾ ਢੰਗ ਕੁਝ ਹੋਰ ਹੁੰਦਾ ਸੀ, ਉਹਦਾ ਕਾਰਨ ਪਤਾ ਨਹੀਂ। ਅੱਜ ਕੱਲ੍ਹ ਟਿਊਨਾਂ ਵੀ ਬਦਲ ਗਈਆਂ, ਰੀਤਾਂ ਵੀ ਬਦਲ ਗਈਆਂ। ਉਹ ਜਿਹੜੀ ਸਹਿਜ ਅਵਸਥਾ ਵਾਲਾ ਸੀ ਨਾ, ਜਿਹ 'ਚ ਕੀਰਤਨ 'ਚ ਜਦੋਂ ਬੈਠੇ ਸਾ ਤਾਂ ਅੱਖਾਂ ਆਪਣੇ ਆਪ ਬੰਦ ਹੋ ਜਾਂਦੀਆਂ ਸਨ, ਆਪਣੇ ਆਪ ਲਹਿਰ ਜੀ ਬੰਦਾ ਇੱਦਾਂ ਕੀਰਤਨ ਹੁੰਦਾ ਸੀ, ਕੀਰਤਨੀਆਂ ਵੀ ਤਾਂ ਸੰਗਤਾਂ ਵਿੱਚ ਮਤਲਬ ਕਿ ਝੂਮਦੀਆਂ ਸਨ। ਅਤੇ ਇਹਦੇ ਵਿੱਚ ਰਾਗਿਆਂ ਦਾ ਵੀ ਦੋਸ਼ ਹੈ, ਪ੍ਰਬੰਧਕਾਂ ਦਾ ਵੀ ਦੋਸ਼ ਹੈ, ਅਤੇ ਸਭ ਤੋਂ ਵੱਡਾ ਦੋਸ਼ ਹੈ ਸੰਗਤਾਂ ਦਾ ਵੀ ਦੋਸ਼ ਹੈ। ਕਿਉਂਕਿ ਸੰਗਤਾਂ ਨੂੰ ਪਦਾਰਥ ਮਿਲਣਾ ਚਾਹੀਦਾ, ਅਤੇ ਜਦੋਂ ਪਦਾਰਥ ਨਾ ਮਿਲੇ ਤਾਂ ਸੰਗਤਾਂ ਨੂੰ ਇਤਰਾਜ਼ ਵੀ ਕਰਨਾ ਚਾਹੀਦਾ। ਜੇ ਕੋਈ ਗੱਲ ਇੱਦਾਂ ਦੀ ਹੈ ਉਹਨੂੰ ਪ੍ਰਬੰਧਕਾਂ ਦਾ ਕੋਲ ਦੱਸਣਾ ਚਾਹੀਦਾ, ਪ੍ਰਬੰਧਕਾਂ ਨੂੰ ਸਾਨੂੰ ਦੱਸਣਾ ਚਾਹੀਦਾ, ਯਾਨੀ ਜੀ ਇੱਦਾਂ ਆਹ ਫਰਮਾਇਸ਼ ਆ ਸੰਗਤ ਦੀ। ਹੁਣ ਕਈ ਵਾਰ ਰਾਗਿਆਂ ਨੂੰ ਕਹੀਦਾ ਜੀ ਪੁਰਾਣੀਆਂ ਰੀਤਾਂ ਸੁਣਾਓ ਜਾਂ ਰਾਗ ਸੁਣਾਓ, ਉਹ ਕਹਿੰਦੇ ਜੀ ਸੰਗਤ ਸੁਣਦੇ ਨਹੀਂ। ਪਰ ਗੱਲ ਤਾਂ ਹੈ ਕਿ ਸੰਗਤ ਸੁਣਨੀ ਸੁਣਦੀ ਹੈ, ਸੁਣਾਉਣ ਵਾਲਾ ਚਾਹੀਦਾ। ਸੰਗਤਾਂ ਸਾਨੂੰ ਕਹਿਣਗੇ ਤਾਂ ਅਸੀਂ ਵੀ ਰਿਆਜ਼ ਕਰਾਂਗੇ, ਸਾਖੀਆਂ ਸੁਣਾਵਾਂਗੇ, ਇਤਿਹਾਸ ਸੁਣਾਵਾਂਗੇ, ਫਲਾਸਫੀ ਸੁਣਾਵਾਂਗੇ, ਪਰ ਸੰਗਤ ਨੂੰ ਆਪਣੀ ਡਿਮਾਂਡ ਵੀ ਦੱਸਣੀ ਚਾਹੀਦੀ, ਸਿੱਧੀ ਗੱਲ ਕਰਨੀ ਚਾਹੀਦੀ ਹੈ। ਈਵਨ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਅਸੀਂ ਇੱਦਾਂ ਗੱਲ ਕਰੀਏ ਉਹਦੇ ਨਾਲ, ਅਸੀਂ ਤਾਂ ਗੁਰੂ ਦੇ ਕੋਲ ਜਾਣਾ ਡਰਦੇ ਹਾਂ। ਅੱਜ ਤਾਂ ਸਾਡੇ ਬੱਚਿਆਂ ਨੂੰ ਪੰਜਾਬੀ ਵੀ ਨਹੀਂ ਆ ਰਹੀ, ਸਗੋਂ ਸਾਡੇ ਨੂੰ ਜ਼ੋਰ ਪਾਇਆ ਜਾਂਦਾ ਤੁਸੀਂ ਇੰਗਲਿਸ਼ ਸਿੱਖੋ। ਅਸੀਂ ਕਿਹਾ ਜਿਹੜੀ ਇੰਗਲਿਸ਼ ਸਿੱਖਣ ਦਾ ਟਾਈਮ ਸੀ ਉਹ ਤਾਂ ਲੰਘ ਗਿਆ, ਸਗੋਂ ਤੁਸੀਂ ਆਪਣੇ ਆਪ ਨੂੰ ਵਿਚਾਰੋ ਕਿ ਤੁਸੀਂ ਜੇ ਗੁਰੂ ਨਾਲ ਜੁੜਨਾ ਤਾਂ ਤੁਹਾਨੂੰ ਪੰਜਾਬੀ ਜ਼ਰੂਰ ਆਉਣੀ ਚਾਹੀਦੀ ਹੈ। ਬਾਕੀ ਭਾਸ਼ਾ ਗੁਰੂ ਵੀ ਬੋਲਦੇ ਸਨ, ਫਾਰਸੀ ਵੀ ਜਾਣਦੇ ਸਨ, ਅਰਬੀ ਵੀ ਜਾਣਦੇ ਸਨ, ਉਰਦੂ ਵੀ ਜਾਣਦੇ ਸਨ, ਹਿੰਦੀ ਵੀ ਜਾਣਦੇ ਸਨ, ਪਰ ਗੁਰੂ ਨਾਲ ਸੰਬੰਧ ਤਾਂ ਹੋ ਸਕਦਾ ਜੇ ਪੰਜਾਬੀ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਹਨੂੰ ਆਪਾਂ ਗੁਰਮੁਖੀ ਵੀ ਕਹਿੰਦੇ ਹਾਂ, ਗੁਰੂ ਦੇ ਮੁਖ 'ਚੋਂ ਜਿਹੜੀ ਆਈ ਹੈ। ਸੋ ਇਸ ਕਰਕੇ ਨਾਲ ਰਾਗ ਵਿੱਦਿਆ ਵੱਲ ਵੀ ਧਿਆਨ ਦਿਓ, ਗੁਰਬਾਣੀ ਵੱਲ ਵੀ ਧਿਆਨ ਦਿਓ, ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਦੀਆਂ ਵਾਰਾਂ, ਇਹ ਸਾਰੇ ਪਾਸੇ ਧਿਆਨ ਕਰਕੇ। ਬਾਕੀ ਭੇਟਾਂ ਦੀ ਗੱਲ ਹੈ, ਅੱਜ ਕੱਲ੍ਹ ਕੀਰਤਨੀਆਂ ਨੂੰ ਵੀ ਟਿਕਾਇਆ ਜਾਂਦਾ ਵੀ ਕਿੱਥੇ ਕੁ ਟਿਕਦੇ ਆ, ਚਾਹੇ ਚਾਹੇ ਉਹ ਪ੍ਰਬੰਧਕ ਹੈ ਚਾਹੇ ਉਹ ਸੰਗਤ ਹੈ। ਮਾਇਆ ਤਾਂ ਸਾਰਿਆਂ ਕਿਹਾ, ਕੋਈ ਸਾਡੇ ਕਿਹੜੇ ਕੋਈ ਹੋਰ ਕਾਰੋਬਾਰ ਚੱਲਦੇ ਹਾਂ, ਅਸੀਂ 24 ਘੰਟੇ ਜਾਂ ਸਾਰੀ ਲਾਈਫ ਅਸੀਂ ਗੁਰੂ ਨੂੰ ਸਮਰਪਿਤ ਹਾਂ। ਅਸੀਂ ਹਾਜ਼ਰੀ ਗੁਰੂ ਘਰ ਦੇ ਵਿੱਚ 24 ਘੰਟੇ ਸਾਡੀ ਹੁੰਦੀ ਹੈ, ਅਤੇ ਸਾਡੀ ਉਧਰ ਪੂਰਨਾ ਬੱਚੇ ਪਰਿਵਾਰ ਅੱਜ ਕੱਲ੍ਹ ਦੇ ਸਮੇਂ ਦੇ ਮੁਤਾਬਕ ਚੱਲਣਾ, ਕਹਿੰਦਾ ਮਤਲਬ ਸਾਰਾ ਤਾਣਾ ਬਾਣੇ ਨੂੰ ਇਹਦੇ ਵਿੱਚ ਸੋਧ ਕਰਨੀ ਪੈਣੀ ਹੈ। ਸੋ ਗੁਰੂ ਕਿਰਪਾ ਕਰੇ, ਆਪ ਬੋੜੀ ਕਰੇ ਸਾਡੇ ਰਾਗੀ ਸਿੰਘਾਂ ਦੀ, ਪ੍ਰਬੰਧਕਾਂ ਦੀ, ਸੰਗਤਾਂ ਦੀ, ਸਾਨੂੰ ਸੋਝੀ ਦੇਵੇ ਤਾਂ ਕਿ ਅਸੀਂ ਗੁਰੂ ਵਾਲੇ ਪਾਸੇ ਚੱਲ ਕੇ ਇਹ ਲੋਕ ਸੁਖੀਆ ਪਰਲੋਕ ਸੁਹੇਲਾ ਕਰ ਸਕੀਏ ਜੀ। ਤੁਹਾਡਾ ਕਹਿਣ ਤੋਂ ਭਾਵ ਭਾਈ ਰਵੰਤ ਸਿੰਘ ਜੀ ਵੀ ਇੱਥੇ ਆਪਾਂ ਇੱਕ ਨੂੰ ਨਹੀਂ ਦੋਸ਼ ਦੇ ਸਕਦੇ, ਨਾ ਰਾਗੀ ਸਿੰਘਾਂ ਨੂੰ ਦੇ ਸਕਦੇ ਹਾਂ, ਨਾ ਸੰਗਤ ਨੂੰ ਦੇ ਸਕਦੇ ਹਾਂ, ਨਾ ਪ੍ਰਬੰਧਕਾਂ ਨੂੰ ਦੇ ਸਕਦੇ ਹਾਂ। ਅਸਲ ਚ ਨਹੀਂ, ਇਸ ਵੇਲੇ ਜੇ ਮੈਂ ਕਹਾਂ ਕਿ ਇਹ ਖਿਚੜੀ ਬਣੀ ਹੋਈ ਆ, ਔਰ ਜਿਹੜਾ ਦੋਸ਼ ਆ ਕਿਤੇ ਨਾ ਕਿਤੇ ਜਿਵੇਂ ਆਪ ਜੀ ਨੇ ਬੜਾ ਸੁੰਦਰ ਕਿਹਾ ਵੀ ਤਿੰਨਾਂ ਦੇ ਵੱਲ ਹੈ, ਚਲੋ ਵਿਚਾਰਨ ਦੀ ਲੋੜ ਹੈ ਜੀ ਇਸ ਗੱਲ ਦੀ। ਮੈਂ ਇੱਕ ਗੱਲ ਹੋਰ ਤੁਹਾਡੇ ਦੋਵਾਂ ਨੂੰ ਮੈਂ ਸਵਾਲ ਇਹ ਪਾ ਦਿੰਦਾ, ਤੁਸੀਂ ਕਥਾ ਬਾਅਦ ਚ ਕੋ ਭਾਈ ਸੁਰਜੀਤ ਸਿੰਘ ਜੀ ਤੇ ਭਾਈ ਸਾਹਿਬ ਭਾਈ ਹਰਵੰਤ ਸਿੰਘ ਜੀ ਤੁਸੀਂ ਕੀਰਤਨ ਕਰਦੇ ਹੋ। ਜਦੋਂ ਕੋਈ ਬੰਦਾ ਜਦੋਂ ਕੋਈ ਕਥਾ ਕਰਦਾ ਜਾਂ ਕੀਰਤਨ ਕਰਦਾ ਤੇ ਸਟੇਜ ਤੇ ਬਹਿੰਦਾ, ਮਨ ਲਾ ਕੇ ਉਹ ਕੀਰਤਨ ਕਰ ਰਿਹਾ ਵਾ ਜਾਂ ਮਨ ਲਾ ਕੇ ਉਹ ਕਥਾ ਕਰ ਰਿਹਾ, ਬਖਿਆਨ ਕਰ ਰਿਹਾ ਵਾ, ਉਹਦੇ ਅੱਗੋਂ ਮਾਇਆ ਕੁਛ ਥੋੜੀ ਜਿਹੀ ਘੱਟ ਹੀ ਹੋਵੇ, 2-4 ਪਾਉਂਡ ਪਏ ਹੋਣ, ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੋਵਾਂ ਚੋਂ ਕੋਈ ਵੀ ਜਵਾਬ ਦੇ ਸਕਦੇ ਆ,
ਤੇ ਉਸ ਵੇਲੇ ਫਿਰ ਸਾਡਾ ਜਿਹੜਾ ਮਨ ਹੈ ਉਹ ਕੀਰਤਨ ਕਰਨ ਤੋਂ ਕਿ ਉਹਦੇ ਮਨ ਦੇ ਵਿੱਚ ਕਈ ਉਤਰਾਅ ਚੜਾਅ ਜਿਹੜੇ ਆਉਂਦੇ ਆ, ਜਾਂ ਕਿ ਕਈ ਵਾਰੀ ਅਸੀਂ ਸੋਚ ਲਈਦਾ ਵੀ ਹੁਣ ਕੀਰਤਨ ਇੱਥੇ ਬੰਦ ਹੀ ਕਰ ਦਈਏ ਜਾਂ ਛੱਡ ਹੀ ਦਈਏ, ਕਥਾ ਵੀ ਛੱਡ ਦਈਏ, ਕੀਰਤਨ ਵੀ ਛੱਡ ਦਈਏ। ਏਦਾਂ ਦੀ ਕਦੇ ਵਿਚਾਰ ਭਾਈ ਸਾਹਿਬ ਜੀ ਆਈ ਆ ਤੁਹਾਡੇ? ਦੋਏ ਜਵਾਬ ਦੇ ਸਕਦੇ ਹੋ? ਪਿਛਲੇ ਦਿਨਾਂ 'ਚ ਅਕਾਲ ਤਖ਼ਤ ਤੋਂ ਵੀ ਗੱਲ ਹੋਈ ਸੀ ਪੈਸਿਆਂ ਬਾਰੇ, ਚੜਾਵੇ ਬਾਰੇ, ਜਿਹੜਾ ਕੀਰਤਨ ਜਾਂ ਕਥਾਵਾਚਕਾਂ ਨੂੰ ਆਪਾਂ ਜਿਹੜੇ 'ਚ ਅੱਗੇ ਸੰਗਤਾਂ ਪਿਆਰ ਦੇ ਰੂਪ ਵਿੱਚ ਦਿੰਦੀਆਂ। ਉਹਦੇ ਵਿੱਚ ਪ੍ਰਬੰਧਕਾਂ ਦਾ ਇਹ ਦੋਸ਼ ਹੁੰਦਾ ਹੈ ਕਿ ਅਸੀਂ ਗੁਰਦੁਆਰੇ ਦਾ ਪ੍ਰਬੰਧ ਵੀ ਚਲਾਉਣਾ, ਲੰਗਰ ਵੀ ਚਲਾਉਣਾ ਹੈ, ਪਰ ਕਿਉਂਕਿ ਦਾਸ ਅਫਰੀਕਾ ਰਿਹਾ ਕਾਫੀ ਦੇਰ, ਉਹਦੇ 'ਚ ਰੰਗ ਢੰਗ ਇਹ ਹੈ ਕਿ ਸਾਨੂੰ ਜਦੋਂ ਪਹਿਲਾਂ ਸਾਂ ਜਦੋਂ ਰਾਗਿਆਂ ਨੂੰ ਕੀਰਤਨ ਹੁੰਦੇ ਸੀ ਤਦੋਂ ਤਨਖਾਹਾਂ ਨਹੀਂ ਸਨ ਹੁੰਦੀਆਂ। ਹੁਣ ਜੇ ਸਹੀ ਪੁੱਛੋ ਤਾਂ ਕਈ ਗੁਰਦੁਆਰਿਆਂ 'ਚ ਤਨਖਾਹਾਂ ਬਹੁਤ ਸੋਹਣੀਆਂ ਦਿੰਦੇ ਆ, ਗੱਲ ਕਰਦਾ, ਅਤੇ ਸਾਨੂੰ ਚੜਾਵਾ ਉਹਦੇ ਵਿੱਚ ਨਹੀਂ ਦਿੰਦੇ। ਅਤੇ ਸੱਚ ਜਾਣਿਓ ਸਾਨੂੰ ਚੜਾਵੇ ਵੱਲ ਧਿਆਨ ਵੀ ਨਹੀਂ ਦੇਣਾ ਚਾਹੀਦਾ। ਹਾਂ, ਜਿਨ੍ਹਾਂ ਨੂੰ ਬਿਲਕੁਲ ਠੀਕ, ਤਨਖਾਹ ਨਹੀਂ ਮਿਲ ਜਿਨ੍ਹਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਕੋਈ, ਅਤੇ ਉਹਨਾਂ ਦਾ ਜਿਹੜਾ ਚੜਾਵਾ ਉਹ ਰਾਗੀ ਸਿੰਘਾਂ ਨੂੰ ਜਾਂ ਕਥਾਵਾਚਕਾਂ ਨੂੰ ਸਾਰਾ ਮਿਲਣਾ ਚਾਹੀਦਾ। ਅਤੇ ਬਾਕੀ ਜੇ ਨਹੀਂ ਵੀ ਹੋ ਸਕਦਾ ਤਾਂ ਉਹਦੇ ਵਿੱਚ ਜਿਹੜੇ ਪ੍ਰਬੰਧਕ ਹੈ ਉਹਨਾਂ ਨੂੰ ਬੇਨਤੀ ਹੈ ਕਿ ਕੁਝ ਨਾ ਕੁਝ ਤੁਸੀਂ ਗੁਰਦਾ ਦੇ ਖਾਤੇ ਰੱਖ ਕੇ ਬਾਕੀ ਪ੍ਰਬੰਧਕ ਰਾਗਿਆਂ ਨੂੰ ਜਾਂ ਕਥਾਵਾਚਕਾਂ ਨੂੰ ਤੁਹਾਨੂੰ ਦੇਣਾ ਚਾਹੀਦਾ, ਕਿਉਂਕਿ ਉਹਨਾਂ ਦੇ ਵੀ ਪਰਿਵਾਰ ਹਨ, ਉਹਨਾਂ ਦੇ ਵੀ ਖਰਚੇ ਹਨ। ਈਵਨ ਇੱਥੋਂ ਤੱਕ ਕਿ ਜਦੋਂ ਅਸੀਂ ਇੰਡੀਆ ਤੋਂ ਆਉਂਦੇ ਹਾਂ, ਜਦੋਂ ਅਸੀਂ ਸਪੋਂਸਰ ਲੈਂਦੇ ਹਾਂ ਗੁਰਦੁਆਰਿਆਂ ਤੋਂ ਜਾਂ ਕੋਈ ਜਿਹੜੇ ਪੁਰਾਣੇ ਇੱਥੇ ਦੇ ਰਹਿੰਦੇ ਹਨ, ਉਹਨਾਂ 'ਤੇ ਸਾਨੂੰ ਖਰਚਾ ਕਰਨਾ ਪੈਂਦਾ। ਈਵਨ ਏਅਰ ਟਿਕਟ ਵੀ ਆਪ ਲੈਣੀ ਪੈਂਦੀ, ਸਾਡਾ 1.5-2 ਲੱਖ ਦਾ ਵੈਸੇ ਖਰਚਾ ਹੋ ਜਾਂਦਾ, ਉਹ ਸਾਨੂੰ ਪਹਿਲਾਂ ਖਰਚਾ ਕਰਨਾ ਪੈਂਦਾ, ਫਿਰ ਬਾਕੀ ਗੱਲ। ਤਾਂ ਹਾਂ, ਜੇ ਸਾਨੂੰ ਉੱਕੇ ਪੁੱਕੇ ਕਮੇਟੀ ਸਾਨੂੰ ਦੇ ਦੇ ਜਿਸ ਹਿਸਾਬ ਨਾਲ ਉਹਨਾਂ ਨੂੰ ਖਰਚਾ ਬਣੇ, ਤਾਂ ਜਿਹੜੀ ਝਾਕ ਹੈ ਕੀਰਤਨ ਦੀ ਮਾਇਆ ਦੀ, ਇੱਧਰ ਝਾਕ ਹੀ ਨਾ ਹੋਵੇ। ਜਿੱਦਾਂ ਸਾਨੂੰ ਆਪਣੇ ਬੱਚਿਆਂ ਦਾ ਪੜ੍ਹਾ ਕੇ ਇੰਨੀ ਕੁ ਤਨਖਾਹ ਚਾਹੀਦੀ ਆ ਬਿਲਕੁਲ ਉਹਨਾਂ ਦਾ ਪਰਿਵਾਰ। ਭਾਈ ਸਾਹਿਬ ਜੀ, ਤੁਸੀਂ ਬਹੁਤ ਸੁੰਦਰ ਜਵਾਬ ਜਿਹੜਾ ਤੁਸੀਂ ਦਿੱਤਾ ਹੈ ਕਿ ਕਈ ਪ੍ਰਬੰਧਕ ਕਮੇਟੀਆਂ ਦੇਖੀਆਂ, ਬਹੁਤ ਅੱਛੀਆਂ ਕਮੇਟੀਆਂ ਨੇ ਔਰ ਬੜਾ ਅੱਛਾ ਪ੍ਰਬੰਧ ਵੀ ਕਰਦੀਆਂ ਨੇ। ਰਾਗੀ, ਕਥਾਵਾਚਕ, ਗ੍ਰੰਥੀ ਸਿੰਘ, ਉਹਨਾਂ ਦਾ ਸਤਿਕਾਰ ਬਹੁਤ ਕਰਦੇ ਨੇ, ਲੇਕਿਨ ਕਈ ਵਿੱਚ ਐਸੇ ਵੀ ਆ ਜਾਂਦੇ ਨੇ ਜਿਨ੍ਹਾਂ ਦਾ ਕਿ ਆਪ ਸਿੱਖੀ ਜੀਵਨ ਕੋਈ ਵੀ ਨਹੀਂ ਹੈ, ਆਪ ਉਹਨਾਂ ਦਾ ਸਿੱਖੀ ਵੱਲ ਧਿਆਨ ਵੀ ਨਹੀਂ ਹੈ, ਨਾ ਕੋਈ ਨਿਤਨੇਮ ਆ, ਨਾ ਕੋਈ ਸਾਧਨਾ ਵਾਹਿਗੁਰੂ ਦਾ ਨਾ ਹੀ ਕਹਿੰਦੇ ਨੇ, ਲੇਕਿਨ ਜਦੋਂ ਪ੍ਰਬੰਧਕ ਬਣਨ ਦੀ ਵਾਰੀ ਆਉਂਦੀ ਆ ਤੇ ਉਹ ਸਾਰਿਆਂ ਤੋਂ ਮੋਹਰੇ ਆਪਾਂ ਵੇਖਦੇ ਹਾਂ ਕਿ ਸਭ ਤੋਂ ਮੋਹਰੇ ਹੁੰਦੇ ਨੇ। ਭਾਈ ਸਾਹਿਬ, ਭਾਈ ਸੁਰਜੀਤ ਸਿੰਘ ਜੀ, ਕਿਉਂਕਿ 2 ਮਿੰਟ ਦਾ ਸਮਾਂ ਆਪਣੇ ਕੋਲ ਰਹਿ ਗਿਆ, ਤੁਸੀਂ ਇਸ ਦੇ ਬਾਰੇ ਹੋਰ ਇਹਨੂੰ ਨਿਖਾਰ ਕੇ ਕਿਸ ਤਰ੍ਹਾਂ ਕਹਿਣਾ ਚਾਹੋਗੇ ਸ਼ੋਰਟ ਲਫ਼ਜ਼ਾਂ ਦੇ ਵਿੱਚ? ਆਦਰ ਜੀ, ਭੇਟਾ ਦੀ ਗੱਲ ਜਿੱਥੋਂ ਤੱਕ ਰਹੀ, ਹਰ ਇੱਕ ਦੀ ਇੱਕ ਤੇ ਆਪਣੀ ਆਪਣੀ ਅਵਸਥਾ ਹੈ ਤੇ ਦੂਸਰੇ ਨੰਬਰ ਤੇ ਆਪਣੀ ਆਪਣੀ ਸੋਚ ਹੈ। ਮੈਂ ਕਹਿੰਦਾ ਇਹ ਰਾਗੀ ਸਿੰਘਾਂ ਦਾ, ਪਾਠੀ ਸਿੰਘਾਂ ਦਾ ਤੇ ਪ੍ਰਚਾਰਕਾਂ ਦਾ ਵਿਸ਼ਾ ਹੀ ਨਹੀਂ, ਇਹ ਕੰਮ ਹੈ ਪ੍ਰਬੰਧਕਾਂ ਦਾ ਜਾਂ ਜਿਹੜਾ ਪਰਿਵਾਰ ਬੁਲਾਉਂਦਾ। ਮੈਨੂੰ ਇੱਕ ਵਾਰ ਕਿਸੇ ਨੇ ਕਥਾ ਵਾਸਤੇ ਬੁਲਾਇਆ ਤੇ ਕਹਿੰਦਾ ਗਾ ਭਾਈ ਸਾਹਿਬ ਜੀ ਭੇਟਾ। ਮੈਂ ਕਿਹਾ ਇਹ ਤਾਂ ਤੁਹਾਡਾ ਕੰਮ ਹੈ, ਸਾਡਾ ਕੰਮ ਥੋੜ੍ਹੀ ਹੈ, ਸਾਡਾ ਕੰਮ ਹੈ ਕਥਾ ਕਰਨੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੰਨਾ ਯੋਗ ਸਤਿਕਾਰ ਕਰਨਾ ਚਾਹੀਦਾ। ਜੇ ਅਸੀਂ ਇਹ ਚੀਜ਼ਾਂ ਸੋਚਣ ਲੱਗ ਪਏ ਤੇ ਅਸੀਂ ਕਥਾ ਕੀ ਕਰਨੀ ਹੈ ਜੀ? ਸਾਡੇ ਦਿਮਾਗ 'ਚ ਗੱਲ ਆਉਣੀ ਨਹੀਂ ਚਾਹੀਦੀ ਜੀ। ਅਸੀਂ ਟੋਟਲੀ ਫ੍ਰੀ ਹੋ ਗਏ, ਅਸੀਂ ਕਥਾ 'ਤੇ ਧਿਆਨ ਦੇਈਏ, ਇਮਾਨਦਾਰੀ ਨਾਲ ਆਪਾਂ ਕਥਾ ਕੀਰਤਨ ਕਰੀਏ। ਸਾਡੀ ਸੋਚ ਇੱਥੇ ਹੋਣੀ ਚਾਹੀਦੀ ਕਿ ਆਪਾਂ 1 ਘੰਟਾ ਕਥਾ ਕਰਨੀ ਹੈ, ਉਹਦੇ ਵਿੱਚ ਇਮਾਨਦਾਰੀ ਹੋਵੇ। ਜੇ ਸਟੇਜ 'ਤੇ ਬੈਠ ਕੇ ਵੀ ਟੋਕਰੀ ਵੱਲ ਦੇਖ ਕਥਾ ਸੁਆਹ ਕਰਨੀ ਹੈ ਜੀ ਉੱਥੇ। ਇਸ ਕਰਕੇ ਸਾਡਾ ਧਿਆਨ ਜਿਹੜਾ ਕਥਾ ਕੀਰਤਨ ਵੱਲ ਹੋਣਾ ਚਾਹੀਦਾ। ਭਾਈ ਸਾਹਿਬ ਜੀ, ਇਹ ਜਿਹਨਾਂ ਜਿਹਨਾਂ ਦੀਆਂ ਡਿਊਟੀਆਂ ਸਾਰੇ ਆਪਣੀਆਂ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਕਰਦੇ ਜਾਣ ਤਾਂ ਫਿਰ ਸਭ ਕੁਝ ਠੀਕ ਹੋ ਜਾਂਦਾ। ਇੱਕ ਸ਼ਬਦ ਵਰਤਿਆ ਸੀ ਤੁਸੀਂ ਕਿ ਸਾਰਿਆਂ ਦਾ ਕਸੂਰ ਉਹ ਸਾਡੇ ਕਿ ਖਾਣ ਵਰਤੇ ਤੰਦ ਨਹੀਂ ਤਾਨੀ ਵਿਗੜੀ ਪਈ। ਇਸ ਕਰਕੇ ਸਾਰਾ ਕੁਝ ਹਰਵੰਤ ਸਿੰਘ ਜੀ, ਭਾਈ ਸਾਹਿਬ, ਭਾਈ ਹਰਵੰਤ ਸਿੰਘ ਜੀ, ਅਖੀਰ ਦੇ ਵਿੱਚ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋਗੇ?
ਇਹਦੇ ਵਿੱਚ ਮੇਰੇ ਦਿਮਾਗ 'ਚ ਗੱਲ ਘੁੰਮ ਰਹੀ ਸੀ, ਬਾਣੀ ਦੀ ਆਉਂਦੀ ਹੈ ਜਾਂ ਵੈਸੇ ਬਾਹਰੋਂ ਆਈ ਹੈ ਕਿ ਸਤੀ ਦੇ ਦੇਣ ਵਾਲੀ ਦੀ ਜਿਹੜੀ ਕਮਾਈ ਹੋਵੇ ਸੱਤ ਦੀ ਹੋਵੇ, ਅਤੇ ਜਿਹੜਾ ਲੈ ਰਿਹਾ ਉਹਦੇ ਵਿੱਚ ਵੀ ਸੰਤੋਖ ਚਾਹੀਦਾ, ਸਤੀ ਦੇ ਸੰਤੋਖੀ ਖਾਏ, ਜਿਹੜਾ ਭੇਟਾ ਲੈ ਰਿਹਾ ਉਹ 'ਚ ਵੀ ਸੰਤੋਖ ਹੋਣਾ, ਉਹ ਵੀ ਨਹੀਂ ਉਹਨੂੰ ਵੀ ਨਹੀਂ ਇਹ ਕਰਨਾ ਚਾਹੀਦਾ, ਨਹੀਂ ਜਿੱਦਾਂ ਅੱਜ ਕੱਲ੍ਹ ਭੇਟਾ ਨੀਯਤ ਕੀਤੀ ਜਾਂਦੀ ਨਾ, ਅਤੇ ਕੋਈ ਚਲੋ ਗਿਣਤੀ ਕਾਹਨੂੰ ਕਰਨੀ, ਮਤਲਬ ਕਿ ਸਾਨੂੰ ਵੀ ਸੰਤੋਖ ਹੋਣਾ ਚਾਹੀਦਾ ਅਤੇ ਦੇਣ ਵਾਲੇ ਨੂੰ ਵੀ ਉਹਨੂੰ ਪਤਾ ਹੋਣਾ ਚਾਹੀਦਾ ਵੀ ਕੀ ਦੇਣਾ, ਕੀ ਯੋਗ ਇਹਨਾਂ ਦਾ ਬਣਦਾ। ਦੋਨੇ ਜੇ ਆਪਸ ਵਿੱਚ ਇਹਨਾਂ ਦਾ ਕੰਪਰੋਮਾਈਜ਼ ਹੋ ਜਾਵੇ ਤਾਂ ਬਹੁਤ ਵਧੀਆ ਚੀਜ਼ ਹੈ, ਪਬਲਿਕ 'ਚ ਇਹ ਗੱਲ ਜਾਣੀ ਨਹੀਂ ਚਾਹੀਦੀ। ਠੀਕ ਹੈ ਕਿ ਨਹੀਂ ਜੀ ਭਾਈ ਸਾਹਿਬ? ਭਾਈ ਸੁਰਜੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ? ਬਸ ਉਹੀ ਗੱਲ ਜਿਹੜੀ ਪਹਿਲੇ ਆਖੀ ਜੀ ਕਿ ਹਰ ਇੱਕ ਜਿੱਥੇ ਜਿੱਥੇ ਕੋਈ ਬੈਠਾ, ਜੋ ਜੋ ਡਿਊਟੀ ਸੰਭਾਲੀ ਹੈ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੀ ਜਾਏ, ਅਤੇ ਵੀਰ ਜੀ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਆ ਸਕਦੀ ਜੀ। ਹਰ ਬੰਦਾ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਕਰੇ, ਜਿੱਥੇ ਜਿੱਥੇ ਵੀ ਡਿਊਟੀ ਲੱਗੇ, ਜਿੱਥੇ ਜਿੱਥੇ ਵੀ ਸੇਵਾ ਕੋਈ ਕਰ ਰਿਹਾ ਉਹ ਆਪਣੀ ਡਿਊਟੀ 'ਚ ਇਮਾਨਦਾਰੀ ਵਰਤੇਗਾ ਅਤੇ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਵੀਰ ਜੀ। ਇੱਕ ਗੱਲ ਇਹ ਵੀ ਹੈ ਕਿ ਇਸ ਕੰਮ 'ਚ ਸਾਨੂੰ ਘਾਟਾ ਨਹੀਂ ਰਹਿੰਦਾ ਕਿਸੇ ਗੱਲ ਦਾ, ਜੇ ਇੱਕ ਜਗ੍ਹਾ ਤੋਂ ਘੱਟ ਵੀ ਆ ਗਈ ਤਾਂ ਦੂਜੀ ਜਗ੍ਹਾ 'ਤੇ ਗੱਫੇ ਖੁੱਲ੍ਹੇ ਹੋ ਜਾਂਦੇ ਆ, ਮਾਇਆ ਦੀ ਤੋਟ ਨਹੀਂ ਆਉਂਦੀ ਇਸ ਕੰਮ ਦੇ ਵਿੱਚ, ਇਹ ਗੱਲ। ਜੀ ਬਿਲਕੁਲ, ਬਹੁਤ ਬਹੁਤ ਤੁਹਾਡਾ ਧੰਨਵਾਦ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਹਰਵੰਤ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ। ਬੇਨਤੀ ਅਸੀਂ ਇਹੀ ਕਰਦੇ ਹਾਂ ਕਿ ਇਸ ਚੀਜ਼ ਨੂੰ ਬੜੇ ਸੁਹਿਰਦ ਹਿਰਦੇ ਦੇ ਨਾਲ ਔਰ ਸੋਚ ਕੇ ਇਸ ਨੂੰ ਆਪਾਂ ਸੁਧਾਰ ਕਰੀਏ। ਇੱਕ ਬਾਣੀ ਮੈਂ ਤੁਹਾਨੂੰ ਕਹਿੰਦੇ ਪੰਕਤੀ ਦੀ, ਸਤਿਗੁਰ ਕੀ ਪ੍ਰਤੀਤ ਨਾ ਆਈ ਹੈ, ਸ਼ਬਦ ਨਾ ਲੱਗੋ ਭਾਉ, ਇਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ, ਭਾਵੇਂ 100 ਵਾਰੀ ਗੁਰਦੁਆਰੇ ਆ ਜਾਓ ਚਲੇ ਜਾਓ, ਕੁਛ ਨਹੀਂ ਮਿਲਣਾ ਸਾਨੂੰ। ਜਿੰਨਾ ਚਿਰ ਅਸੀਂ ਇਹ ਜੋ ਇਸ ਵੇਲੇ ਅਸੀਂ ਕਹਿੰਦੇ ਸਸਤੇ ਤੋਂ ਸਸਤਾ ਗ੍ਰੰਥੀ ਰੱਖ ਲਈਏ, ਸਸਤੇ ਤੋਂ ਸਸਤਾ ਰਾਗੀ ਮਿਲ ਜਾਵੇ ਤੇ ਗੁਰਦੁਆਰਾ ਅਸੀਂ ਇੰਨੇ ਪੈਸੇ ਜਮ੍ਹਾਂ ਕਰਕੇ ਜਾਈਏ, ਬਿਲਕੁਲ ਨਹੀਂ। ਪੜ੍ਹੇ ਲਿਖੇ ਗ੍ਰੰਥੀ ਰੱਖੋ, ਸੂਝਵਾਨ ਰਾਗੀ ਰੱਖੋ, ਸੂਝਵਾਨ ਕਥਾਵਾਚਕ ਰੱਖੋ, ਉਹਨਾਂ ਦੇ ਪਾਸੋਂ ਸਾਨੂੰ ਵਿਚਾਰਾਂ ਮਿਲਣ। ਸੋ ਇਹਦੇ ਵਿੱਚ ਸਭ ਦੇ ਆਪੋ ਆਪਣੇ ਵਿਚਾਰ ਨੇ, ਸੋ ਬੋਲਿਆ ਚੱਲਿਆ ਮਾਫ਼ ਕਰਿਓ ਜੀ, ਲਈਏ ਤੁਹਾਡੇ ਤੋਂ ਇਜਾਜ਼ਤ, ਸਿੱਖ ਚੈਨਲ ਦੇਖਦੇ ਰਹੋ। ਮੈਂ ਹਾਂ ਸਰਦਾਰ ਚਰਨਜੀਤ ਸਿੰਘ ਜੀ, ਮੇਰੇ ਨਾਲ ਸਰਦਾਰ ਤਰਵਿੰਦਰ ਸਿੰਘ ਲਾਲੀ, ਬੁਲਾਈਏ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।